ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਜਲੰਧਰ ਦੀਆਂ ਜਿੱਥੇ BSF ਤੋਂ ਰਿਟਾਇਰ ਸਹਾਇਕ ਡਿਪਟੀ ਕਮਾਂਡਰ ਤੇ ਜਾਨਲੇਵਾ ਹਮਲਾ ਹੋਇਆ। ਇਹ ਘਟਨਾ ਜਲੰਧਰ ਦੇ ਨਕੋਡਰ ਰੋਡ ਦੀ ਹੈ ਜਿੱਥੇ 10 ਤੋਂ 15 ਹਥਿਆਰਬੰਦ ਲੋਕਾਂ ਵੱਲੋਂ ਇਹ ਹਮਲਾ ਕੀਤਾ ਗਿਆ। ਗੋਲੀਆਂ ਚੱਲੀਆਂ। ਇਸ ਹਮਲੇ 'ਚ ਰਿਟਾਇਰਡ ਸਹਾਇਕ ਡਿਪਟੀ ਕਮਾਂਡਰ ਦਾ ਪੁੱਤ ਜ਼ਖਮੀ ਹੋ ਗਿਆ। ਉੱਥੇ ਇਸ ਮੌਕੇ ਲੋਕਾਂ ਨੇ ਫਾਇਰ ਕੱਢਣ ਵਾਲੇ ਦੀ ਵੀਡੀਓ ਬਣਾਈ ਜੋ ਗੱਡੀ 'ਚ ਗਨ ਰੀਲੋਡ ਕਰ ਰਿਹਾ ਸੀ। ਇਹ ਨਜ਼ਾਰਾ ਤੁਸੀਂ ਵੀ ਦੇਖ ਲਓ। ਭਾਈ ਸਾਹਿਬ ਮੇਰੀ ਗੱਲ ਸੁਣੋ, ਏਦਾਂ ਨਾ ਕਰੋ, ਮੰਨ ਲਓ ਮੇਰੀ ਗੱਲ ਨਾ ਕਰੋ। ਓ ਰੁਕ ਜਾ ਯਾਰ, ਇਹਨਾਂ ਨੇ ਕੀ ਕਰਨੀ ਤੁਸੀਂ? ਇੱਕ ਮਿੰਟ ਠਹਿਰੋ, ਗੋਲੀ ਕੀ ਕਰਨੀ ਹੈ? ਉੱਥੇ ਘਟਨਾ ਦੇ ਮੌਕੇ ਚਸ਼ਮਦੀਦ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਝਗੜਾ ਹੋ ਰਿਹਾ ਸੀ, ਕੁਛ 20-22 ਲੋਕ ਹੋਣਗੇ, 20-22 ਲੋਕ ਦੇ ਕਰੀਬ ਸੀਗੇ ਬੰਦੇ ਜਿਹੜੇ, ਜਿਹਨਾਂ ਕੋਲ ਇੱਕ ਕੋਲ ਰਿਵਾਲਵਰ ਸੀਗੀ ਤੇ ਦੋ ਕੋਲ ਬੈਸਬੈਟ ਸੀ ਤੇ ਕੁਛ ਕੋਲ ਹਥਿਆਰ ਹੋਰ ਸੀਗੇ। ਜਿਹਦੇ ਕੋਲ ਰਿਵਾਲਵਰ ਸੀ ਉਹਨੇ 3 ਫਾਇਰ ਕੱਢੇ ਆ ਜੀ। ਉਹ ਫਾਇਰ ਕਿਸੇ ਲੱਗਾ ਨਹੀਂ, ਫਾਇਰ ਬਚਾ ਜ਼ਮੀਨ ਤੇ ਲੱਗ ਗਏ, ਫਿਰ ਬਚਾ ਹੋ ਗਏ ਕਿਸੇ ਤਰੀਕੇ ਨਾਲ। ਮੈਂ ਭੱਜ ਕੇ ਉਹਨਾਂ ਦੇ ਰਿਵਾਲਵਰ 'ਚ ਖੋਣ ਲੱਗਾ ਤੇ ਰਿਵਾਲਵਰ ਖੋਣ ਦੀ ਕੋਸ਼ਿਸ਼ 'ਚ ਉਹਦੇ ਕੋਲੋਂ ਬੰਦੇ ਕੋਲ ਨੱਪਿਆ ਗਿਆ ਤੇ ਰਿਵਾਲਵਰ ਨਹੀਂ ਖੋਈ ਗਈ। ਉਹ ਦੁਬਾਰਾ ਬੰਦਾ ਆਪਣੀ ਗੱਡੀ ਵੱਲ ਭੱਜਿਆ ਆਇਆ ਤਾਂ ਉਹਨੇ ਜਾ ਕੇ ਆਪਣੀ ਰਿਵਾਲਵਰ ਦੁਬਾਰਾ ਰੀਲੋਡ ਕੀਤੀ ਹੈ। ਉਹਦੀ ਵੀ ਵੀਡੀਓ ਮੇਰੇ ਕੋਲ ਹੈ, ਜਿਹੜਾ ਇੱਥੇ ਝਗੜਾ ਜੋ ਵੀ ਇੰਸੀਡੈਂਟ ਹੋਇਆ ਆ, ਰਾਹਗੀਰ ਬੰਦੇ ਨੇ ਇਹਦੀ ਵੀਡੀਓ ਬਣਾਈ ਹੈ, ਵੀਡੀਓ ਮੈਨੂੰ ਦਿੱਤੀ ਹੈ ਜੀ। ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਿਆਂਗੇ ਵੀ ਜੋ ਵੀ ਇਹਦੀ ਜਾਂਚ ਪੜਤਾਲ ਕਰਕੇ, ਸਾਡੇ 'ਤੇ ਵੀਡੀਓ ਕੈਮਰੇ ਲੱਗੇ ਹੋਏ ਆ, ਇਸ ਪੂਰੀ ਘਟਨਾ ਵੀਡੀਓ ਕੈਮਰੇ 'ਚ ਵੀ ਰਿਕਾਰਡ ਹੋ ਚੁੱਕੀ ਹੋਏਗੀ। ਉਹਨਾਂ ਦੇ ਚਾਚੇ ਦੇ ਆਪਣੇ ਦਫ਼ਤਰ ਦੇ ਅੰਦਰ ਵੀ ਲੱਗੀ ਹੈ। ਦੁਕਾਨ ਕਿੰਨਾ ਦੀ ਹੈ? ਦੁਕਾਨ ਮੇਰੇ ਚਾਚਾ ਜੀ ਹਰਦਵਾਰੀ ਲਾਲ ਯਾਦਵ ਜੀ ਹੈ, ਅਸਿਸਟੈਂਟ ਕਮਾਂਡੈਂਟ BSF ਰਿਟਾਇਰਡ ਨੇ ਔਰ ਮਟਾਇਲ ਦਾ ਕਾਰੋਬਾਰ ਕਰਦੇ ਨੇ। ਉਹਨਾਂ ਦੀ ਦੁਕਾਨ ਦੇ ਅੰਦਰ ਜਦੋਂ ਝਗੜਾ ਹੋ ਰਿਹਾ ਸੀਗਾ, ਮੇਰੀ ਚਾਚੀ ਜੀ, ਮੇਰੇ ਚਾਚਾ ਜੀ ਔਰ ਉਹਨਾਂ ਦੇ ਬੇਟਾ ਸਾਹਿਬ ਉਹ ਦੁਕਾਨ ਦੇ ਅੰਦਰ ਮੌਜੂਦ ਸਨ। ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਪੰਜਾਬ 'ਚ ਵਧਦੀਆਂ ਜਾ ਰਹੀਆਂ ਨੇ ਤੇ ਹੁਣ ਇਹ ਪੂਰਾ ਮਾਮਲਾ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਇਸ ਗੁੰਡਾਗਰਦੀ ਪਿੱਛੇ ਆਖਿਰ ਅਸਲ ਕਾਰਨ ਕੀ ਸੀ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਾਲ ਕਰੋ 93978 93978।